ਕੀਤੀ ਹੈ। ਇਹਨੇ ਬਾਰੇ ਅਸੀਂ ਕਹਿੰਦੇ ਹਾਂ ਵੀ ਇਹ ਵੈਰਾਈਟੀ ਜੀ ਸਾਡੀ 90 ਤੋਂ 100 ਦਿਨ ਦੇ ਵਿੱਚ ਪੱਕ ਜਾਂਦੀ ਇੱਕ ਚੀਜ਼। ਦੂਸਰਾ ਅਸੀਂ ਇਹ ਕਲੇਮ ਕਰਨੇ ਆ ਕਿ ਜੀ ਇਹਦੇ ਗਿਰਨ ਦੇ ਖਿਲਾਫ ਇਹਦੇ 'ਚ ਮੁਦਾਫਤ ਹੈ, ਯਾਨੀ ਇਹ ਗਿਰਦੀ ਘੱਟ ਹੈ ਦੂਜੀਆਂ ਵਰਾਇਟੀਆਂ ਦੇ ਨਿਸਬਤ। ਔਰ ਪੈਦਾਵਾਰੀ ਪੋਟੈਂਸ਼ੀਅਲ ਜਿਹੜਾ ਨਾ, ਪੋਟੈਂਸ਼ੀਅਲ ਇਹ ਚੀਜ਼ ਹੁੰਦੀ ਹੈ ਵੀ ਕੋਈ ਵਰਾਇਟੀ ਉਹ ਬੀਜ ਪੈਦਾਵਾਰ ਦੇ ਕਿ ਨਹੀਂ ਸਕਦਾ। ਜਿਵੇਂ ਆਪਾਂ ਮੱਕੀ ਬੀਜਨੇ ਸਾਂ ਨਾ, ਤਾਂ ਪੈਦਾਵਾਰ ਉਹ ਕਹਿੰਦੇ ਨੇ ਯਾਰ ਇਹ 150 ਮਣ ਤੱਕ ਦੇ ਸਕਦੀ, ਲੇਕਿਨ ਕਦੀ ਸਾਡੀ ਆਈ ਨਹੀਂ ਸੀ। 110 ਮਣ, 120 ਮਣ, ਕੁਝ 70-80 ਵਾਲੇ ਵੀ ਹੁੰਦੇ ਆ ਜਾਂਦੇ, ਲੇਕਿਨ ਇਸ ਦਫਾ ਮੌਸਮ ਨੇ ਸਾਥ ਦਿੱਤਾ। ਅਸੀਂ ਦੇਖਿਆ ਵੀ ਕਈ ਜਗ੍ਹਾ ਤੇ 140 ਮਣ ਤੱਕ ਪੈਦਾਵਾਰਾਂ ਗਈਆਂ ਨੇ, ਮਕਈ ਦੀਆਂ ਬਾਰੀਆਂ ਦੀ ਗਈਆਂ ਨੇ ਨਾ। ਇਸੇ ਤਰ੍ਹਾਂ ਇਸ ਵਰਾਇਟੀ ਦਾ ਅਸੀਂ ਕਲੇਮ ਇਹ ਕਰਨੇ ਆ ਕਿ ਇਹਦਾ ਪੋਟੈਂਸ਼ੀਅਲ ਜਿਹੜਾ ਨਾ ਇਹ 150 ਮਣ ਤੱਕ, ਬਲਕਿ ਅੱਗੇ ਵਾਲੀ ਭਾਈ ਨਾਲ ਮੇਰੀ ਡਿਸਕਸ ਹੋ ਰਹੀ ਸੀ ਕਿ ਇੱਕ ਫਾਰਮਰ ਕਸੂਰ ਦਾ ਉਹਦੀ 152 ਮਣ ਪੈਦਾਵਾਰ ਆ ਗਈ ਇਸ ਵਰਾਇਟੀ। ਇਸ ਵਾਸਤੇ ਦਾ ਪੋਟੈਂਸ਼ੀਅਲ ਬਹੁਤ ਅੱਛਾ ਹੈ, ਯਾਨੀ ਅਸੀਂ ਰੂਟੀਨ ਵਿੱਚ 100 ਦੇ ਅੱਗੇ ਪਿੱਛੇ ਤਾਂ ਸਾਡੀ ਆ ਹੀ ਜਾਂਦੀ, ਲੇਕਿਨ ਅਗਰ ਅਸੀਂ ਮਿਹਨਤ ਕਰੀਏ ਰੱਬੋਂ ਕੋਈ ਮੌਸਮ ਵੀ ਸਾਥ ਦੇ ਦੇਵੇ, ਯਾਨੀ 130-140 ਮਣ ਤੱਕ ਵੀ ਪੈਦਾਵਾਰ ਦੇਣ ਦੀ ਸਲਾਹੀਅਤ ਰੱਖਦੀ ਹੈ। ਔਰ ਅਹਿਮ ਚੀਜ਼ ਇਹਦੇ 'ਚ ਇਹ ਹੈ ਕਿ ਅਸੀਂ ਇਹਨੂੰ ਟਾਈਮਲੀ ਵੀ ਕਾਸ਼ਤ ਕਰੀਏ ਨਾ, ਅਤੇ ਇਹ ਗਰਮੀ ਬਰਦਾਸ਼ਤ ਕਰਦੀ ਹੈ, ਜਦਕਿ ਜਿਹੜੀ ਸਾਡੀ ਦੀਗਰ ਵਰਾਇਟੀਆਂ ਨੇ ਅਗਰ ਉਹ ਇਸ ਟਾਈਮ 'ਤੇ ਸਾਡੀਆਂ ਪੱਕ ਨਹੀਂ ਆਉਣ, ਖਾਸ ਤੌਰ 'ਤੇ ਆਪਣੇ ਏਰੀਏ, ਅਤੇ ਉਹ ਥੋਥ ਬਹੁਤ ਜ਼ਿਆਦਾ ਬਣ ਜਾਂਦਾ, ਉਹਨਾਂ ਦੀ ਪੋਲੀਨੇਸ਼ਨ ਪੂਰੀ ਨਹੀਂ ਹੁੰਦੀ, ਔਰ ਜੋ ਅਸੀਂ ਪੈਦਾਵਾਰ ਤਵੱਕੋ ਕਰ ਰਹੇ ਹੁੰਦੇ ਉਹ ਸਾਡੀ ਨਹੀਂ ਆਉਂਦੀ। ਅਤੇ ਇਹ ਡਾਇਮੰਡ 123 ਜਿਹੜੀ ਵਰਾਇਟੀ ਹੈ ਇਹਦੇ 'ਚ ਇਹ ਹੈ ਕਿ ਅਸੀਂ ਇੱਕ ਤਾਂ ਟਾਈਮਲੀ ਸਾਡੀ ਜ਼ਮੀਨ ਫਰੀ ਹੋ ਜਾਂਦੀ ਹੈ, ਮਸਲ ਹੁਣ ਇਹ ਫਰੀ ਹੋਏਗੀ, ਅਤੇ ਅਸੀਂ ਆਮ ਤੌਰ 'ਤੇ 3 ਫਸਲਾਂ ਵਾਲਾ ਪੈਟਰਨ ਹੁੰਦਾ ਆਲੂ ਮੱਕੀ ਵਾਲੇ ਏਰੀਆ 'ਚ, ਅਸੀਂ ਇਸ ਆਪਣੇ ਚਾਵਲ ਗੰਦਮ ਵਾਲੇ ਏਰੀਆ 'ਚ ਬਾਸਾਨੀ 3 'ਤੇ ਚਲੇ ਜਾਵਾਂਗੇ, ਯਾਨੀ ਇਹ ਫਸਲ ਸਾਡੀ ਕਟਾਈ ਹੋਏਗੀ। ਹੁਣ ਸਾਡੇ ਕੋਲ ਇਨਫ ਟਾਈਮ ਹੈ, ਕਾਫੀ ਖੁੱਲ੍ਹਾ ਟਾਈਮ ਹੈ ਕਿ ਅਸੀਂ ਆਰਾਮ ਨਾਲ ਜ਼ਮੀਨ ਤਿਆਰ ਕਰਕੇ ਕਨੋਲਾ ਬੀਜ ਲਈਏ, ਜਾਂ ਰਾਇਆ ਬੀਜਣਾ, ਰਾਇਆ ਅਗਰ ਤੁਸੀਂ ਫਸਲ ਲੈਣੀ, ਕਿਉਂਕਿ ਕਨੋਲਾ ਟਾਈਮ ਜ਼ਿਆਦਾ ਲੈਂਦਾ, ਤੁਸੀਂ ਰਾਇਆ ਬੀਜਣਾ, ਰਾਇਆ ਬੀਜੀਜੇਗਾ ਰਾਜਾ ਦੇ ਉੱਪਰ ਆਰਾਮ ਨਾਲ ਜਨਵਰੀ ਦੇ ਆਖਰ ਤੱਕ ਰਾਇਆ ਫਰਕ ਸਾਡੀ ਜਨਾਬ ਬਾਰੀਆ ਮੱਕੀ ਬਾਸਾਨੀ ਆ ਸਕਦੀ, ਔਰ ਉਹਦੇ ਉੱਪਰ ਫਿਰ ਚਾਵਲ, ਯਾਨੀ ਇਹ 3 ਫਸਲਾਂ ਦਾ ਸਾਡਾ ਪੈਟਰਨ ਬਾਸਾਨੀ ਬਣ ਸਕਦਾ। ਜਿਹੜੀ ਇਹ ਦੋ ਫਰਕ ਨੇ, ਦੋਵੇਂ ਸਰੋਂ ਨੇ। ਆਮ ਤੌਰ 'ਤੇ ਅਸੀਂ ਗਲਤ ਜਿਹੜਾ ਨਾ, ਅਸੀਂ ਜਾ ਕੇ ਹੀ ਕਹਿੰਦੇ ਕਨੋਲਾ ਦੇ ਬੀਜ ਹੈ, ਅਸੀਂ ਰਾਇਆ ਵੀ ਬੀਜਿਆ, ਪਰ ਅਸੀਂ ਆਇਆ ਨਾ ਅਸੀਂ ਕਨੋਲਾ ਬੀਜਿਆ। ਕਨੋਲਾ ਅਸਲ ਹੈ ਕੈਨੇਡੀਅਨ ਆਇਲ ਐਸੋਸੀਏਸ਼ਨ, ਇਹ ਇੱਕ ਅਦਾਰਾ ਹੈ, ਉਹਨਾਂ ਦੀ ਅਪਰੂਵ ਵਰਾਇਟੀ ਹੈ, ਉਹਦੇ ਵਿੱਚ ਜਿਹੜਾ ਰੁਸ ਕੇਸੜ ਨਹੀਂ ਹੁੰਦਾ, ਦੂਜੇ ਲਫਜ਼ਾਂ 'ਚ ਇਹ ਕਹੀਏ ਵੀ ਉਹਦਾ ਤੇਲ ਕੌੜਾ ਨਹੀਂ ਹੁੰਦਾ, ਯਾਨੀ ਉਹ ਖਾਣ ਵਾਸਤੇ ਚੰਗਾ। ਆਪਾਂ ਜਾਨਵਰਾਂ ਨੂੰ ਦੇਣਾ ਹੋਵੇ ਤਾਂ ਵੀ ਸਿਹਤ ਅਫਜ਼ਾ, ਕਨੋਲੇ ਬਲਕਿ ਅਗਰ ਤੁਸੀਂ ਉਹਨੂੰ ਸਾਫ਼ ਕਰਕੇ ਨਾ ਗਾਰਾ ਪਕਾਈਏ ਨਾ, ਤਾਂ ਬਿਲਕੁਲ ਦੂਸਰਾ ਆਪਾਂ ਆਇਲ ਲੈ ਕੇ ਆਉਂਦੇ ਹਾਂ ਨਾ, ਉਸ ਨੂੰ ਮਾਰੀਏ ਉਖਾਇਆ ਜਾ ਸਕਦਾ ਇਸ, ਜਦਕਿ ਜਿਹੜਾ ਆਮ ਜਿਹਨੂੰ ਆਪਾਂ ਕੌੜਾ ਤੇਲ ਕਹਿੰਦੇ ਹਾਂ, ਜਾਂ ਪੀਲੀ ਸਰੋਂ ਦਾ ਜਿਹੜਾ ਤੇਲ ਹੈ ਜਿਹੜਾ ਆਮ ਕਢਾਉਂਦੇ ਹਾਂ ਘਰ ਇਸਤੇਮਾਲ ਵਾਸਤੇ, ਉਹ ਅਸੀਂ ਬਾਅਦ ਦਫ਼ਾ ਸ਼ੌਕੀਆ ਤੌਰ 'ਤੇ ਆਪਾਂ ਕਹੀਏ ਪਕੌੜੇ ਬਣਾ ਲਓ ਕੋਈ ਚੀਜ਼, ਉਹ ਤਾਂ ਅਸੀਂ ਇਸਤੇਮਾਲ ਕਰਦੇ, ਲੇਕਿਨ ਰੂਟੀਨ ਵਿੱਚ ਅਸੀਂ ਖਾਣੇ 'ਚ ਇਸਤੇਮਾਲ ਨਹੀਂ ਕਰਦੇ, ਕਿਉਂਕਿ ਸਾਨੂੰ ਜ਼ਾਇਕਾ ਨਹੀਂ ਪਸੰਦ, ਕਹਿੰਦੇ ਯਾਰ ਇਹ ਕੜਵਾ। ਔਰ ਜ਼ਾਇਕੇ ਤੋਂ ਇਲਾਵਾ ਅਸਲ ਜਿਹੜੀ ਚੀਜ਼ ਹੈ ਉਹਨੇ ਜਿਹੜਾ ਮੈਂ ਲਫ਼ਜ਼ ਬੋਲਿਆ ਨਾ ਉਰੇਸਿਕ ਐਸਿਡ, ਉਹ ਵੈਸੇ ਵੀ ਸਾਡੇ ਸਿਹਤ ਵਾਸਤੇ ਠੀਕ ਨਹੀਂ ਹੈਗਾ, ਅਗਰ ਅਸੀਂ ਉਹ ਜ਼ਿਆਦਾ ਮਿਕਦਾਰ 'ਚ ਲੈ ਲਈਏ ਨਾ। ਇੱਕ ਇਹਦੇ ਵਿੱਚ ਹੁੰਦਾ, ਇੱਕ ਜਿਹੜਾ ਅਸੀਂ ਬੇਰ ਨਹੀਂ ਹੁੰਦੇ ਜਿਹੜੇ, ਜਿਹਨੂੰ ਆਪਾਂ ਕਹਿੰਦੇ ਇਹ ਤਾਂ ਗਲਾ ਫੜਨ ਵਾਲੇ ਬੇਰ ਨੇ, ਉਹ ਕੁਛ ਬੇਰ ਵਰਾਇਟੀਆਂ ਐਸੀਆਂ ਨੇ ਜਿਨ੍ਹਾਂ ਦੇ ਵਿੱਚ ਉਹਦੀ ਮਿਕਦਾਰ ਜ਼ਿਆਦਾ ਹੁੰਦੀ, ਉਹ ਅਕਸਰ ਅਸੀਂ ਬੇਰ ਖਾਂਦੇ ਹਾਂ ਨਾ, ਸਾਨੂੰ ਇਵੇਂ ਲੱਗਦਾ ਜਿਵੇਂ ਸਾਡਾ ਸੰਘ ਉਟਿੰਦਾ, ਇਹ ਉਰੇਸਿਕ ਐਸਿਡ ਇਹ ਕੰਮ ਕਰਦਾ, ਇਸ ਵਾਸਤੇ ਇਹ ਸਾਡੇ ਵਾਸਤੇ ਸਿਹਤ ਅਫਜ਼ਾ ਨਹੀਂ ਹੈਗਾ ਅਗਰ ਜ਼ਿਆਦਾ ਮਿਕਦਾਰ 'ਚ ਲਈਏ। ਰਾਇਆ, ਲੇਕਿਨ ਕੀ ਆ ਕਿ ਜਦੋਂ ਇਹ ਫੈਕਟਰੀਆਂ 'ਚ ਜਾਂਦਾ ਫਿਰ ਉਹਨੂੰ ਸਾਫ਼ ਸੂਫ ਕਰਕੇ ਵਿੱਚ ਮਿਕਸ ਕਰਕੇ ਕੁਝ ਥੋੜ੍ਹਾ ਬਹੁਤਾ ਵਿੱਚ ਸੂਰਜਮੁਖੀ ਮਿਲਾ ਲਿਆ, ਕੁਝ ਮੱਕੀ ਮਿਲਾ ਲਿਆ, ਉਹ ਕਿਹੜਾ ਸਾਰਾ ਇਹ ਤੇਲ ਦਿੰਦੇ ਨੇ ਆਪਾਂ ਨੂੰ ਖਾਲਸ 'ਤੇ ਨਹੀਂ ਦਿੰਦੇ ਨਾ, ਉਹ ਫਿਰ ਆਪਣੇ ਖਾਣ ਵਾਸਤੇ ਇਸਤੇਮਾਲ ਕਰਦੇ ਨੇ, ਲੇਕਿਨ ਉਹਨਾਂ ਕੋਲ ਕਿਉਂਕਿ ਮਸ਼ੀਨਰੀ ਜ਼ਿਆਦਾ ਹੁੰਦੀ ਉਹ ਫਿਰ ਰਾਇਆ ਵੀ ਚਲਾ ਲੈਂਦੇ। ਲੇਕਿਨ ਬੇਸਿਕ ਇਹ ਹੈ ਕਿ ਅਗਲੀ ਜਿਹੜੀ ਚੀਜ਼ ਹੈ ਕਿ ਸਾਡੀ ਵਾਸਤੇ ਸਮਝਣਾ ਇਸ ਵਾਸਤੇ ਜ਼ਰੂਰੀ ਹੈ ਕਿ ਅਗਰ ਅਸੀਂ ਬੀਜਾਂਗੇ ਨਾ ਕਨੋਲਾ, ਉਹ ਪੱਕਣ ਤੱਕ ਟਾਈਮ ਲੈ ਜਾਏਗਾ 140 ਦਿਨ, ਯਾਨੀ ਉਹਨੇ ਫਿਰ ਸਾਡੀ ਤੀਸਰੀ ਫਸਲ ਮੱਕੀ ਨਹੀਂ ਆਉਣ ਦੇਣੀ, ਉਹਦੇ 'ਤੇ ਫਿਰ ਆਏਗੀ ਅਗੇਤੀ ਮੁੰਜੀ, ਅਤੇ ਰਾਏ ਦੇ ਵਿੱਚ ਸਾਨੂੰ ਇਹ ਫਾਇਦਾ ਹੋ ਜਾਏਗਾ ਵੀ ਉਹ 115 ਦਿਨ 'ਚ ਫਰਕ ਹੁੰਦਾ। ਰਾਇਆ ਦੀ ਐਵਰੇਜ ਕੀ ਹੈ ਜੀ? ਐਵਰੇਜ ਜਿਹੜਾ ਜ਼ਿਆਦਾ ਕਨੋਲਾ ਕੋਈ 2-4 ਮਣ ਐਵਰੇਜ ਜ਼ਿਆਦਾ ਕਨੋਲਾ ਦਿੰਦਾ, ਕਨੋਲਾ ਜ਼ਿਆਦਾ, ਕਨੋਲਾ ਹਾਈਬ੍ਰਿਡ ਵਰਾਇਟੀਆਂ ਹੁੰਦੀਆਂ ਨੇ, ਅਸੀਂ ਵੀ ਵੇਚਦੇ ਹਾਂ, ਲੇਕਿਨ ਫਾਰਮਰ